ਹਾਂਜੀ ਬਾਬੇ, ਕੀ ਹਾਲ ਚਾਲ ਕਾ? ਫੇਰ ਸਵਾਗਤ ਹੈ ਪੰਜਾਬੀ ਸਵੈਗ ਚੈਨਲ ਦੀ ਇੱਕ ਹੋਰ ਨਵੀਂ ਅਪਡੇਟ ਵੀਡੀਓ। ਤਾਂ ਦੋਸਤੋ, ਦਲਜੀਤ ਦੋਸਾਂਝ ਅਤੇ ਸਿੱਧੂ ਮੂਸੇਵਾਲਾ ਅਤੇ ਡਰੇਕ ਬਾਰੇ ਗੱਲਬਾਤ ਕਰਾਂਗੇ। ਵੀਡੀਓ ਨੂੰ ਲਾਸਟ ਤੱਕ ਦੇਖ ਰਹੀ ਹੋ, ਬਹੁਤ ਹੀ ਜ਼ਿਆਦਾ ਵੱਡੀ ਅਤੇ ਖਾਸ ਅਪਡੇਟ ਸਾਹਮਣੇ ਕੱਲ੍ਹ ਕਹਿ ਰਹੇ ਸਿੱਧੂ ਦੇ ਕੱਟੜ ਫੈਨਾਂ ਲਈ ਅਤੇ ਦਲਜੀਤ ਬਾਈ ਦੇ ਕੱਟੜ ਫੈਨਾਂ ਲਈ ਬਹੁਤ ਜ਼ਿਆਦਾ ਵੱਡੀ ਖਬਰਾਂ ਨੇ, ਸ਼ੇਅਰ ਕਰਦੇ ਹਾਂ ਹੌਲੀ ਹੌਲੀ। ਵੀਡੀਓ ਨੂੰ ਕਰ ਦਿਓ ਚੱਲਦੀ ਚੱਲਦੀ ਨੂੰ ਇੱਕ ਲਾਇਕ, ਚੈਨਲ 'ਤੇ ਕਰ ਲਓ ਸਬਸਕ੍ਰਾਈਬ। ਪੰਜਾਬੀ ਇੰਡਸਟਰੀ ਦੀਆਂ ਹੋਰ ਖਬਰਾਂ ਦੇਖਣ ਲਈ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਸੋ ਦੋਸਤੋ, ਵੱਡੀ ਖਬਰ ਸਾਹਮਣੇ ਕੱਲ੍ਹ ਕਹਿ ਰਹੀ ਹੈ ਹੋਲੀਵੁੱਡ ਦਾ ਟੌਪ ਦਾ ਸਿੰਗਰ, ਜਿੱਥੇ ਕਿ ਆਪਣੇ ਪੰਜਾਬ ਦੇ ਵਿੱਚ ਸਿਰਫ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਦਾ ਸੀ, ਹੋਰ ਕਿਸੇ ਨੂੰ ਨਹੀਂ ਫੋਲੋ ਕਰਦਾ ਸੀਗਾ। ਅਤੇ ਹੁਣ ਦੋਸਤੋ, ਅੱਜ ਸੁਬਾਹ ਹੀ ਡਰੇਕ ਨੇ ਦਲਜੀਤ ਦੋਸਾਂਝ ਬਾਈ ਨੂੰ ਵੀ ਫੋਲੋ ਕੀਤਾ। ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਤੇ, ਦਲਜੀਤ ਬਾਈ ਦੇ ਨਾਲ ਵੀ ਇੱਕ ਵੱਡਾ ਪ੍ਰੋਜੈਕਟ ਆ ਰਿਹਾ ਡਰੇਕ ਦਾ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਸਿੱਧੂ ਮੂਸੇਵਾਲੇ ਦੇ ਨਾਲ ਤਾਂ ਕੋਲੈਬਰੇਸ਼ਨ ਸੌਂਗ ਆਊਗਾ ਹੀ ਆਊਗਾ। ਅਤੇ ਹੁਣ ਦਲਜੀਤ ਦੋਸਾਂਝ ਦੇ ਨਾਲ ਸ਼ੂਟ ਹੋ ਚੁੱਕਿਆ ਜਿਹੜਾ ਕਿ ਡਰੇਕ ਦਾ ਗਾਣਾ ਆਉਣ ਵਾਲਾ ਹੈ। ਸੋ ਦੋਸਤੋ, ਉਹ ਵੀ ਬਹੁਤ ਜਲਦੀ ਦੇਖਣ ਨੂੰ ਮਿਲੂਗਾ। ਸਿੱਧੂ ਮੂਸੇਵਾਲੇ ਦਾ ਗਾਣਾ ਹਾਲੇ ਨਹੀਂ ਆਊਗਾ, ਦਲਜੀਤ ਦੋਸਾਂਝ ਬਾਈ ਦਾ ਗਾਣਾ ਜਲਦੀ ਆਊਗਾ ਡਰੇਕ ਦੇ ਨਾਲ। ਕਿੰਨੀ ਕੁੜੀ ਹੈਗਾ, ਕਮੈਂਟ ਜ਼ਰੂਰ ਕਰੀਓ।